ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਟਿਸ਼ਨ ਤੇ ਤੇ ਮੈਂ ਤੁਹਾਡੀ ਜਸਦੀ ਸੰਤੋ ਅੱਜ ਤੁਸੀਂ ਸੁਣੋਗੇ ਗਿਆਨੀ ਸੋਹਣ ਸਿੰਘ ਸੀਤਲ ਜੀ ਹੋਣਾ ਦਾ ਲਿਖਿਆ ਹੋਇਆ ਨਾਵਲ ਤੂਤਾਂ ਵਾਲੀ ਖੂਦ ਦਾ ਦਸਵਾਂ ਭਾਗ ਹੱਸਿਆਂ ਪੇ ਸ਼ੇਰੋ ਤੂੰ ਹੀ ਬਲਦ ਲੈ ਕੇ ਘਰ ਨੂੰ ਚਲੋ ਤੇ ਮੈਂ ਪੈਰੀ ਲੈ ਕੇ ਆਉਣਾ ਸੱਜਣ ਸਿੰਘ ਨੇ ਬਸ਼ਕੇ ਨੂੰ ਕਿਹਾ ਪੱਪੂ ਉਹਦੇ ਨਾਲ ਹੋਣ ਕਰਕੇ ਉਹਨੇ ਪੁੱਤਰਾਂ ਵਾਸਤੇ ਸ਼ੇਰ ਸ਼ਬਦ ਬਹੁਵਚਨ ਵਰਤਿਆ ਦਿਨ ਸ਼ੇਪਰਿਆ ਸੀ ਜਾਂ ਇਲਮਦੀਨ ਤੇ ਸੱਜਣ ਸਿੰਘ ਨੇ ਫੜੇ ਛੱਡੇ ਐ ਉਹਨਾਂ ਦੀ ਆਖਰੀ ਪੈਰੀਆਂ ਸਨ ਬਸਕੇ ਨੇ ਪਪੂ ਨੂੰ ਗਦਾੜੇ ਚੋੱਕ ਕੇ ਬਲਦ ਅੱਗੇ ਲਾ ਲੇ ਕਰਮਦੀਨ ਵੀ ਬਲਦ ਅੱਗੇ ਲਾ ਕੇ ਪਿੰਡ ਨੋ ਤੁਰ ਪਿਆ ਭਾਵੇਂ ਇਲਮਦੀਨ ਦੀ ਇੱਛਾ ਸੀ ਕਿ ਉਹਦੇ ਨਾਲ ਪੈਰੀ ਇਕੱਠੀ ਕਰਾ ਕੇ ਜਾਂਦਾ ਇਲਮਦੀਨ ਤੇ ਸੱਜਣ ਸਿੰਘ ਨੇ ਫੜੇ ਚੋਕੇ ਪਿੜਾਂ ਤੋਂ ਬਾਹਰ ਰੱਖ ਦਿੱਤੇ ਤੇ ਆਪ ਤੰਗਲੀਆਂ ਫੜ ਕੇ ਲੱਗ ਪਏ ਬਸ ਕਾ ਤਪਲ ਨਹੀਂ ਆਣਾ ਹੋਇਆ ਤੇ ਕਰਮਦੀਨ ਨੂੰ ਚਾਹੀਦਾ ਨਹੀਂ ਸੀ ਮੇਰੇ ਨਾਲ ਢਾੜ ਲਵਾ ਕੇ ਜਾਂਦਾ ਮੈਂ ਕੱਲੇ ਨੇ ਲਹੂ ਕੁਢਾਇਆ ਹੋਇਆ ਈਲਮਦੀਨ ਨੇ ਸੱਜਣ ਸਿੰਘ ਅਗੇ ਹਿਰਕ ਕੀਤਾ ਸਾਬ ਆਪਣੇ ਮਤਲਬ ਦੇ ਨੇ ਮਿੱਤਰਾ ਆਖੇ ਇੱਥੇ ਕੋਈ ਨਾ ਕਿਸੇ ਦਾ ਬੇਲੀ ਸੱਜਣ ਸਿੰਘ ਨੇ ਕੋ ਸਾਝਾ ਜਿਹਾ ਉੱਤਰ ਦਿੱਤਾ ਠੀਕ ਆਖਿਆਈ ਰੰਨਾ ਪੁੱਤਰ ਭਰਾ ਸਭ ਗਰਜ ਦੇ ਬੰਦੇ ਨੇ ਈਲਮਦੀਨ ਨੇ ਥੋੜਾ ਜਿਹਾ ਸਿਰ ਹਲਾ ਕੇ ਸੱਜਣ ਸਿੰਘ ਦੇ ਕਥਨ ਦੀ ਪ੍ਰੂੜਤਾ ਕੀਤੀ ਸਜਣ ਸਿੰਘ ਨਾਲੋਂ ਇਲਮਦੀਨ ਕਦੋਂ ਹੋੜਾ ਤੇ ਸਰੀਰੋਂ ਮਾੜਾ ਸੀ ਕਰਦੇ ਬਹੁਤੇ ਫਿਕਰਾਂ ਨੇ ਉਹਨੂੰ ਰਾਣ ਲਿਆ ਸੀ ਸਾਰੇ ਦਿਨ ਦਾ ਕੰਮ ਦਾ ਭੰਨਿਆ ਹੋਇਆ ਉਹਦਾ ਪਿੰਡਾ ਦਰਦ ਕਰ ਰਿਹਾ ਸੀ ਉਹਦਾ ਜੀ ਕਰਦਾ ਸੀ ਉਹ ਪੈਰੀ ਇਕੱਠੀ ਕਰਨ ਦਿੱਤਾ ਉਸੇ ਤਰ੍ਹਾਂ ਗਾਹ ਉੱਤੇ ਲੰਮਾ ਬਹਿ ਜਾਵੇ ਪਰ ਜੇ ਰਾਤ ਹਨੇਰੀ ਆ ਗਈ ਜਾਂ ਚਾਰ ਛੱਟਾਂ ਪੈ ਗਈਆਂ ਤਾਂ ਇਹ ਸੋਚ ਕੇ ਉਹ ਜੱਟਾਂ ਵਾਲੇ ਹੱਠ ਨਾਲ ਲੱਗ ਪਿਆ ਵਾਹੀ ਵਿੱਚ ਸਭ ਤੋਂ ਵੱਡੀ ਔਖੜ ਇਹ ਹੈ ਕਿ ਦਿਲ ਮੰਨੇ ਪਾਵੇਂ ਨਾ ਮੰਨੇ ਸਰੀਰ ਵਿੱਚ ਤਾਣ ਹੋਵੇ ਪਾਵੇਂ ਨਾ ਹੋਵੇ ਫਿਰ ਵੀ ਕੰਮ ਇਹਨੂੰ ਕੰਮ ਕਰਨਾ ਪੈਂਦਾ ਉਹ ਬਿਨਾਂ ਤਨਖਾਹਾਂ ਛੁੱਟੀ ਨਹੀਂ ਕਰ ਸਕਦਾ ਐਸੇ ਮਜਬੂਰੀ ਦੇ ਸਾਹਮਣੇ ਇਲਮਦੀਨ ਕੰਮ ਕਰ ਰਿਹਾ ਸੀ ਪਰ ਉਹਦਾ ਮਨ ਪੁਝਿਆ ਹੋਇਆ ਸੀ ਘਮਣ ਘੇਰ ਵਿੱਚ ਪਿਆ ਉਹ ਸੋਚੀ ਜਾ ਰਿਹਾ ਸੀ ਸੱਜਾ ਸੌ ਦਾ ਬਸ਼ਕਾ ਤੇਰਾ ਕੋ ਬਰਿਆਂ ਦਾ ਹੋਵੇਗਾ ਪਰ ਕਿੱਡਾ ਸੌ ਲੱਗੇ ਪਿਓ ਕੋਣੋ ਸਾਰਾ ਕੰਮ ਕਰਦਾ ਏ ਹੋਰ ਦਸਾਂ ਬਰਿਆਂ ਨੂੰ ਪੱਪੂ ਵੀ ਗੱਭਰੂ ਹੋ ਪਿਆ ਸੱਜਣ ਸੋਨੂ ਕਿਸੇ ਕਿਸਮ ਦਾ ਫਿਕਰ ਨਹੀਂ ਰਹਿਣ ਲੱਗਾ ਦੋ ਮੁੰਡੇ ਇੱਕ ਕੁੜੀ ਸੋ ਕੁੜੀ ਵੀ ਮਰਨੀ ਮਾਂ ਕੋਲ ਸਾਰਾ ਕੰਮ ਕਰਦੀ ਆ ਪਚਨ ਕੋਰ ਵੀ ਅਜੇ ਮਠਿਆਰ ਲੱਗਦੀ ਆ ਘਰ ਵਿੱਚ ਸੁਖ ਜੂ ਹੋਇਆ ਸਾਰੇ ਟੱਬਰ ਦੇ ਚਿਹਰਿਆਂ ਤੇ ਰੋਹੇ ਤੇ ਮੈਂ ਮਸਾ ਵਰਾ ਡੂਡ ਵਰਾ ਵੱਡਾ ਹੋਵਾਂਗਾ ਸੱਜਣ ਸੋਨ ਨਾਲੋਂ ਪਰ ਕਬਰ ਵਿੱਚ ਪੈਰ ਪੈਣ ਵਾਲਾ ਹੋਇਆ ਪਿਆ ਘਰ ਦੇ ਫਿਕਰਾਂ ਨੇ ਮਾਰ ਲਿਆ ਹੋਰ ਕੀ ਠੀਕ ਆਂਦੇ ਨੇ ਵੱਡੀ ਕਬੀਲਦਾਰੀ ਵੀ ਖਈ ਦਾ ਰੋਗ ਹੁੰਦੀ ਸੱਬੇ ਖਾਣ ਦੇ ਪਾਈਵਾਲ ਨੇ ਆਗਾ ਗੇਰੀ ਕਰਨ ਵਾਲਾ ਕੋਈ ਨਹੀਂ 10 ਨਿਆਣੇ ਨੇ 10 ਮਾਰ ਹੀੜ ਦੀ ਹੀੜ ਤੇ ਕੰਮ ਕਰਨ ਵਾਲਾ ਕੋਈ ਨਹੀਂ ਇੱਕ ਅੱਲਾ ਪਾਕ ਨੇ ਵੀ ਮਾਰਿਆ ਵੱਡੀਆਂ ਪੰਜ ਛੇ ਕੁੜੀਆਂ ਹੀ ਹੋਈਆਂ ਅਜੇ ਦੋ ਬੋਹਾਂ ਉਠਾਈਆਂ ਨਹੀਂ ਜਦੋਂ ਸਾਰੀਆਂ ਮਗਰੋਂ ਲੈਣ ਗਈਆਂ ਘਰ ਦਾ ਬੋਹਾ ਦੂਜੇ ਪਾਸੇ ਹੋ ਜਾਵੇਗਾ ਸਾਰਿਆਂ ਤੋਂ ਵੱਡਾ ਮੁੰਡਾ ਅਲੀਆ ਉਹ ਵੀ ਨਿਰਾਂਪੁਰਾ ਲੁੱਟੇਰੇ ਕੋਸ਼ੂ ਅੱਲਾ ਵੱਲੋਂ ਉਹ ਜੀ ਰਹਿਂਦਾ ਉਹਦੀ ਮਾਂ ਨੇ ਵਗਾੜ ਛੱਡਿਆ ਬਾਸ਼ਕੇ ਨਾਲੋਂ ਵੱਡਾ ਹੀ ਹੋਣਾ ਏ ਪਰ ਕੱਖ ਪਨ ਕੇ ਦੋਰਾ ਨਹੀਂ ਕਰਦਾ। ਭਰਾ ਨੂੰ ਹੀ ਪੁੱਤਰਾ ਵਾਂਗ ਪਾਲਿਆ ਸੀ ਪਰ ਉਹ ਵੀ ਮੇਰੇ ਸਿਰਸਾਨ ਕਰਦਾ ਏ ਹਰ ਕੰਮ ਦਾ। ਐ ਆ ਮੇਰੀ ਜ਼ਿੰਦਗੀ ਕੀ ਥੜਿਆ ਪਿਆ ਏ ਇਸ ਜੀਵਨ ਖਣੋ ਜੀ ਕਰਦਾ ਏ ਸਭ ਕੁਝ ਵੇਚ ਵਟ ਕੇ ਕਿਸੇ ਫਕੀਰਾਂ ਦੀ ਟੋਲੀ ਨਾਲ ਨਿਕਲ ਜਾਵਾਂ। ਬਸ ਹੱਥ ਟੁੱਟਾ ਤੇ ਦੇਸ ਮੋਕਲਾ। ਨਾ ਉਹਦੀਆਂ ਸੋਚਾਂ ਮੁੱਕਦੀਆਂ ਸਨ ਨਾ ਕੰਮ। ਉਹ ਰਹਿ ਗਿਓਂ ਸੂਰਜ ਚੜ੍ਹਦੇ ਤੱਕ ਟੜ ਲਾ ਦਵੇਂਗਾ ਕਿ ਨਹੀਂ। ਸੱਜਣ ਸਿੰਘ ਨੇ ਇਲਮਦੀਨ ਦੀ ਅਣਖ ਨੂੰ ਟੁੱਬਣ ਦੇ ਇਰਾਦੇ ਨਾਲ ਕਿਹਾ ਪਰ ਸਰੀਰ ਵਿੱਚ ਜਾਨ ਹੋਵੇ ਤਾਂ ਅਣਖ ਵੀ ਛੇੜ ਮੰਨੇ ਤੂੰ ਸ਼ੇਤੀ ਕੰਮ ਸਮੇਟ ਕੇ ਚੱਲ ਆਪਣੇ ਵਾਸਤੇ ਕਿਹੜਾ ਕੋਈ ਘਰ ਆਉਂਸੀਆਂ ਪਾਉਣ ਡਿਆ ਹੋ ਪਿਆ ਐਸਲੀ ਕਾਲੀ ਕਰੀਏ ਇਲਮਦੀਨ ਦੀ ਆਵਾਜ਼ ਵਿੱਚ ਵੀ ਕੋਈ ਜੋਸ਼ ਜਾਂ ਉਤਸ਼ਾਹ ਨਹੀਂ ਰਿਹਾ ਓਏ ਤੇਰੀਆਂ ਤਾਂ ਦੋ ਢੀਕਦੀਆਂ ਹੋਣਗੀਆਂ ਹੱਸਦਾ ਹੋਇਆ ਸੱਜਣ ਸਿੰਘ ਮਿੱਤਰ ਨਾਲ ਗਾਹ ਇਕੱਠਾ ਕਰਾਉਣਾ ਲੱਗਾ ਉਹਨੇ ਆਪਣਾ ਕੰਮ ਨਿਬੇੜ ਲਿਆ ਸੀ ਇਲਮਦੀਨ ਨੇ ਮਿਚਰਾ ਹੱਥ ਜੇਤੀ ਛਲਾਉਣੇ ਸ਼ੁਰੂ ਕਰ ਦਿੱਤੇ ਮਿੱਤਰ ਦੇ ਹੌਸਲੇ ਨਾਲ ਉਹ ਵੀ ਕੁਝ ਤੇਜ਼ ਹੋ ਗਿਆ ਪਾਸੇ ਤੋਂ ਸੁੱਟ-ਸੁੱਟ ਕੇ ਉਹਨਾਂ ਧੜ ਗੋਲ ਕਰ ਦਿੱਤੀ ਲੈ ਪਈ ਉਦਾਲਿਓ ਮਾਂਝੇ ਵੀ ਮਾਰ ਲੀਏ ਸੱਜਣ ਸਿੰਘ ਨੇ ਸਲਾਹ ਦਿੱਤੀ ਤੂੰ ਸੰਭਰ ਲੈ ਭਰਾਵਾ ਆਪਣੇ ਚੋ ਕੋਈ ਵਾ ਨਹੀਂ ਇਲਮਦੀਨ ਨੇ ਹਥਿਆਰ ਸੁੱਟ ਦਿੱਤੇ ਉਹ ਇਹ ਦਿਲ ਨਾ ਛੱਡ ਨਿ ਘਰਿਆ ਹੋਇਆ ਮੈਂ ਤੇਰੇ ਨਾਲ ਲੱਗ ਪਾਵਾਂਗਾ ਸੱਜਣ ਸਿੰਘ ਨੇ ਬਥੇਰਾ ਹੌਸਲਾ ਦਿੱਤਾ ਪਰ ਇਲਮਦੀਨ ਨੇ ਢੇਰੀ ਟਾ ਦਿੱਤੀ ਉਹ ਪੜੋਂ ਪਾਸੇ ਟੇਡੀ ਕੀਤੀ ਹੋਏ ਮੰਜੀ ਢਾ ਕੇ ਲੰਮਾ ਪੈ ਗਿਆ ਸੱਜਣ ਸਿੰਘ ਕਾਨਿਆਂ ਦੀਆਂ ਲੰਮੀਆਂ ਤੀਲੀਆਂ ਦਾ ਮਾਂਜਾ ਫੜ ਕੇ ਟੱਕਰ ਪਿਆ ਪਹਿਲਾਂ ਉਹਨੇ ਪੋਲਾ ਪੋਲਾ ਮਾਂਜਾ ਫੇਰ ਕੇ ਉੱਤੋਂ ਤੂੜੀ ਇਕੱਠੀ ਕਰਕੇ ਤੜ ਦੇ ਨਾਲ ਲਾ ਦਿੱਤੀ ਫਿਰ ਜਰਾ ਕਰੜਾ ਹੱਥ ਰੱਖ ਕੇ ਉਹਨੇ ਪੜ ਵਿੱਚ ਪੰਜੀ ਸਤੀ ਥਾਈ ਤੂਲੜੇ ਇਕੱਠੇ ਕਰ ਦਿੱਤੇ ਚਾਲ ਉੱਠ ਚੱਲ ਗਏ ਤੇਰੀ ਹੀਰ ਤੇ ਸਹਿਮਾਰਾ ਵੇਂਦੀਆਂ ਹੋਣਗੀਆਂ ਸੱਜਣ ਸਿੰਘ ਨੇ ਕੰਮ ਤੋਂ ਵੇਲੇ ਹੋ ਕੇ ਸਾਫੇ ਨਾਲ ਲੱਤਾਂ ਝਾੜਦਿਆਂ ਕਿਹਾ ਮੱਖ ਪਾਥੀਆਂ ਤੁਖਾ ਕੇ ਬੁਰੂਹਾ ਤੱਕ ਖਲੀਆਂ ਹੋਣਗੀਆਂ ਦੋਵੇਂ ਇਲਮਦੀਨ ਨੇ ਕਿਰਣਾ ਤੇ ਵਿਅੰਗ ਨਾਲ ਕਿਹਾ ਕਿਉਂ ਤੈਨੂੰ ਨજર ਲੱਗੀ ਹੋਈ ਐ ਅਨਪੜ੍ਹ ਲੋਕਾਂ ਦੀ ਵਹਿਮ ਕਿਸੇ ਕਾਰਨ ਮੈ ਨਾ ਮਿਲਦੀ ਹੋਵੇ ਤਾਂ ਉਹਨੂੰ ਕਿਸੇ ਦੀ ਨજર ਲੱਗੀ ਸਮਝ ਲੈਣੀ ਫਿਰ ਉਸ ਭੈੜੀ ਨજર ਦਾ ਬੁਰਾ ਅਸਰ ਦੂਰ ਕਰਨ ਵਾਸਤੇ ਸ਼ਾਮ ਨੂੰ ਬਾਹਰੋਂ ਆਉਂਦੀ ਮੈ ਦੇ ਮੱਥੇ ਵਿੱਚ ਤੁਖ ਦੀ ਪਾਥੀ ਮਾਰਨੀ ਸੱਜਣ ਸਿੰਘ ਦਾ ਇਸ਼ਾਰਾ ਇਸੇ ਰਵਾਜਵਾਲ ਸੀ ਸੱਜਣ ਸਿਆ ਤੈਨੂੰ ਗੱਲਾਂ ਆਉਂਦੀਆਂ ਨੇ ਬਸ਼ਕੇ ਦੀ ਮਾਂ ਵਰਗੀ ਜਨਾਨੀ ਕਰ ਕਰਨੀ ਜੰਮ ਪੈਣੀ ਕਿਤੇ ਪਿਛਲੇ ਜਰਮ ਸੋਨਾ ਫੋਨ ਕੀਤਾ ਹੋਇਆ ਹੈ ਜਾਂ ਚੁੱਪ ਕਰਕੇ ਇਲਮਦੀਨ ਸੱਚੇ ਦਿਲੋਂ ਭਜਨ ਗੁਰ ਦੀ ਤਾਰੀਫ ਕਰ ਰਿਹਾ ਸੀ ਤੇ ਮੁਰਦਿਆ ਤੂੰ ਨਹੀਂ ਚਲਣਾ ਮੇਰੀ ਕੋਈ ਵਾਣੀ ਰੱਬ ਕਰਾਊਗਾ ਤਾਂ ਰੋਟੀ ਫੜੀ ਆਵੇਂ ਇਲਮਦੀਨ ਦਿਲੋਂ ਨਹੀਂ ਸੀ ਜਾਣਾ ਚਾਹੁੰਦਾ ਉਹਨੂੰ ਪਤਾ ਸੀ ਕਿ ਘਰ ਗਿਆ ਦੋਹਾਂ ਦੀਆਂ ਤੱਤੀਆਂ ਠੰਡੀਆਂ ਸੁਣਨੀਆਂ ਪੈਣਗੀਆਂ ਹੱਸ਼ਾ ਫਿਰ ਦਲੇਦਰ ਦਿਆ ਮਾਰਿਆ ਉੱਠ ਕੇ ਨਾ ਧੋਲਾ ਨਾ ਲਵਾਂਗਾ ਮਸਾਲਾ ਕਿ ਤੂੰ ਪੰਦ ਕੋਟਾ ਨਾ ਕਰ ਸੱਜਣ ਸਿੰਘ ਪਿੰਡ ਨੂੰ ਤੁਰ ਪਿਆ ਉਥੋਂ ਪਿੰਡ 2 ਮੀਲ ਦੇ ਲਗਭਗ ਸੀ ਪਰ ਵਾਹੀਵਾਨ ਕਾ ਮੈਨੂੰ 2 ਮੀਲ ਕੀ ਆਂਦਾ ਪੈਰੀਂ ਚੜਿਆ ਪੰਦ ਉਹ ਗੋਲਦੇ ਨਹੀਂ ਜਿਹੜਾ ਰੋਜ ਕੁਮਾ ਪੈਲੀ ਵਾਹ ਲਿੰਦਾ ਉਹਨੂੰ 8-10 ਮੀਲ ਪੰਦ ਮਲੂਮ ਹੀ ਨਹੀਂ ਹੁੰਦਾ ਉਹਨੂੰ ਘਰ ਪੁੱਜਦਿਆਂ ਨੂੰ ਡੂੰਗਾ ਖਾਓ ਪੀਓ ਹੋ ਚੁੱਕਾ ਸੀ ਅੱਗੇ ਸਾਰਾ ਟੱਬਰ ਉਹ ਡੀ ਕਰ ਰਿਹਾ ਸੀ ਸੱਜਣ ਸਿੰਘ ਨੂੰ ਵੇਂਦੇ ਭਜਨ ਕਰਨੇ ਚੁੱਲੇ 'ਚ ਅੱਗ ਤੇਜ ਕਰ ਦਿੱਤੀ ਤਿੰਨੇ ਬੱਚੇ ਰੋਟੀ ਖਾ ਬੈਠੇ ਸਨ ਬਸ ਕਾਤੇ ਪੱਪੂ ਵੇੜੇ ਵਿੱਚ ਡੱਠੇ ਮੰਜੇ ਤੇ ਲੇਟੇ ਬਾਤਾਂ ਪਾ ਰਹੇ ਸਨ ਦੀਪੋ ਚੌਂਕੇ ਦੀ ਕੰਧ ਨਾਲ ਬੈਠੀ ਭਰਾਵਾਂ ਦੇ ਝੂਠੇ ਭਾਂਡੇ ਮਾਂਜ ਰਹੀ ਸੀ ਭਜਨ ਕੌਰ ਨੇ ਆਪਣੀ ਜੋਗੀ ਰੋਟੀ ਪਕਾ ਰੱਖੀ ਸੀ ਪਰ ਅਜੇ ਖਾਦੀ ਨਹੀਂ ਸੀ ਭੁੱਖ ਚੋਖੀ ਮਹਿਸੂਸ ਹੋ ਰਹੀ ਸੀ ਪਰ ਉਹਦਾ ਦਿਲ ਨਹੀਂ ਸੀ ਮਾਂ ਦਾ ਪਤੀ ਤੋਂ ਪਹਿਲਾਂ ਖਾਣ ਤੇ ਸੱਜਣ ਸਿੰਘ ਦੀ ਰੋਟੀ ਜੋ ਗਾਉ ਨੇ ਆਟਾ ਚੁੱਕਿਆ ਹੋਇਆ ਸੀ ਉਠ ਨੀ ਦੀਪੋ ਚਾਚੇ ਆਵਦੇ ਨੇ ਣ ਵਾਸਤੇ ਪਾਣੀ ਰੱਖ ਦੇ ਭਜਨ ਕੌਰ ਨੇ ਤੀ ਨੂੰ ਆਗਿਆ ਕੀਤੀ ਮੈਂ ਰੋਟੀ ਪਕਾਵਾਂ ਅੱਜ ਐਨਕ ਵੇਲਾ ਕਰਾਇ ਜੇ ਆਖਰੀ ਸਵਾਲ ਉਹਨੇ ਪਤੀ ਉੱਤੇ ਕਰ ਦਿੱਤਾ ਮੈਂ ਸੋਚਿਆ ਤੜ ਲਾ ਕੇ ਹੀ ਚੱਲਾਂ ਸੱਜਣ ਸਿੰਘ ਨੇ ਭਜਨ ਕੌਰ ਦੀਆਂ ਸਵਾਗਤ ਵੱਜੋ ਮੁਸਕਰਾਉਂਦੀਆਂ ਅੱਖਾਂ ਵੱਲ ਵੇਖ ਕੇ ਕਿਹਾ ਸਾਥਣ ਦੀ ਮਿੱਠੀ ਜਿਹੀ ਤਕਣੀ ਨਾਲ ਕਾਮੀ ਦਾਤ ਠਕੀਵਾ ਲੈ ਗਿਆ ਜਾਓ ਇਹ ਬਸ਼ਕਿਆ ਇਲਮ ਦੀਂਦੀ ਰੋਟੀ ਫੜ ਲਿਆ ਮੇਰੇ ਨੌਦਿਆਂ ਤੱਕ ਸੱਜਣ ਸਿੰਘ ਨੇ ਲੀੜੇ ਲਾਉਂਦਿਆਂ ਕਿਹਾ ਉਹ ਨਹੀਂ ਆਇਆ ਭਜਨ ਕੌਰ ਨੇ ਚੱਕਲੇ ਉੱਤੇ ਰੋਟੀ ਵੇਲਦਿਆਂ ਪੁੱਛਿਆ ਤੇਰੀਆਂ ਜਠਾਣੀਆਂ ਤੋਂ ਡਰਦਾ ਉਥੇ ਸੱਥਰ ਮਲ ਪਿਆ ਏ ਸੱਚੀ ਨਰਕ ਬਣਿਆ ਪਿਆ ਏ ਉਹਦਾ ਘਰ ਤਾਂ ਸਾਰੇ ਜੀ ਇੱਕ ਦੂਜੇ ਵੱਲ ਸੇ ਦੇ ਤਕੜਿਆਂ ਵਾਂਗ ਟਣੇ ਰਹਿੰਦੇ ਨੇ ਬਨਗੇ ਲੋਕੇ ਜਿਸ ਘਰ ਵੀ ਦੋ ਜਨਾਨੀਆਂ ਹੋਣ ਗਿਆ ਇਹ ਹਾਲ ਹੋਵੇਗਾ ਤੇ ਹੋਰ ਕੀ ਸਿਆਣਿਆਂ ਆਖਿਆ ਇਸੋਂਕਣ ਦਾ ਮਿੱਟੀ ਦੀ ਵੀ ਮਾਨਣੀ ਪਰ ਹੁਣ ਫਸੀ ਨੂੰ ਫਟਕਣ ਕਿਹਾ ਆਖਿਆ ਜਿੰਨਾ ਖਾਦੀਆਂ ਗਾਜਰਾਂ ਪੇਟ ਤਨਾਂ ਦੇ ਪੀੜ ਵਿਚਾਰੀ ਜੈਨਾ ਸਾਰੇ ਰਾ ਐਡੀ ਐਡੀ ਅਖ ਰੋਂਦੀ ਆਈ ਕਰਦੇ ਦੁੱਖ ਫੋਲ ਫੋਲ ਕੇ ਜੇ ਨਾ ਸੁਬਾਦੀ ਤਾਂ ਮਾੜੀ ਨੀ ਉਹਦੇ ਤੇ ਫਤੇ ਬੀਬੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ ਸੱਜਣ ਸਿੰਘ ਨੇ ਹੰਗਾਰਾ ਭਰਿਆ ਦੀਪੋਂ ਨੇ ਗਰਮ ਪਾਣੀ ਦੀ ਬਾਲਟੀ ਭਰ ਕੇ ਵਿਹੜੇ ਦੀ ਇੱਕ ਗੁੱਠੇ ਪਈ ਚੌਂਕੀ ਕੋਲ ਰੱਖ ਦਿੱਤੀ ਸੱਜਣ ਸਿੰਘ ਚਾਦਰ ਝਾੜਦਾ ਪਾਣੀ ਵੱਲ ਤੁਰ ਪਿਆ ਐ ਚਾਦਰ ਨਾ ਬੰਨਿਓ ਭਜਨ ਕੌਰ ਨੇ ਪਤੀ ਨੂੰ ਸਲਾਹ ਦਿੱਤੀ ਦੀਪੋਂ ਅੰਦਰੋਂ ਧੋਤੇ ਹੋਏ ਲਿਆਦੇ ਚਾਚੇ ਆਪਦੇ ਨੂੰ ਐ ਭਲਕੇ ਧੋ ਛੱਡਾਂਗੀ ਆ ਸੱਜਣ ਸਿੰਘ ਦੇ ਨੌਂ ਦਿਨਾਂ ਤੱਕ ਭਜਨ ਕੌਰ ਨੇ ਰੋਟੀ ਭਗਾ ਕੇ ਥਾਲੀ ਵਿੱਚ ਪਰੋਸ ਲਈ ਕੋਠੇ ਦੀ ਕੰਧ ਨਾਲ ਖਲਾ ਕੀਤਾ ਹੋਇਆ ਸਾਣਾ ਮੰਝਾ ਉਹਨੇ ਚੌਂਕੇ ਤੇ ਲਾ ਕੇ ਢਾਲਿਆ ਸਾਰੇ ਦਿਨ ਦੀ ਦੂਰੀ ਪਿੱਛੋਂ ਉਹ ਪਤੀ ਨੂੰ ਅੱਖਾਂ ਦੇ ਸਾਹਮਣੇ ਵਹਾ ਕੇ ਰੋਟੀ ਖਵਾਉਣਾ ਚਾਹੁੰਦੀ ਸੀ ਉਹਦੀ ਆਪਣੀ ਰੋਟੀ ਅਜੇ ਚੰਗੇਰ ਵਿੱਚ ਪੌਣੇ ਸਲੇ ਟੱਗੀ ਪਈ ਸੀ ਉੱਚ ਸ਼ਰਣੀ ਦੀ ਭਾਸ਼ਾ ਅਨੁਸਾਰ ਉਹਨਾਂ ਦਾ ਪਿਆਰ ਵਿਆਹ ਨਹੀਂ ਸੀ ਹੋਇਆ ਪਰ ਉਹਨਾਂ ਵਿੱਚ ਸਾਰੀ ਉਮਰ ਨਿਭਣ ਵਾਲਾ ਪਿਆਰ ਜ਼ਰੂਰ ਸੀ ਕਈ ਗੁਆਂਟਣਾ ਵਿੱਚੇ ਵਿੱਚ ਪਾਜਨ ਕੋਰ ਦੇ ਦੰਪਤੀ ਜੀਵਨ ਉਤੇ ਈਰਖਾ ਕਰਦੀਆਂ ਸਨ ਤਾਈ ਜੈਨਾ ਲਈ ਆਉਂਦੀ ਆ ਰੋਟੀ ਬਸ਼ਕਾ ਸੁਨੇਹਾ ਦੇ ਕੇ ਉਡੀਕ ਰਹੇ ਪੱਪੂ ਦੇ ਨਾਲ ਬਹਿ ਗਿਆ ਪਾਉ ਤੁਛੇ ਤੇ ਛਤੀ ਮੋੜ ਆਏ ਪੱਪੂ ਨੇ ਮੰਜੇ ਦੀ ਇੱਕ ਬਾਹੀ ਵਾਲ ਪਾਸਾ ਵਟ ਕੇ ਭਰਾ ਦੀ ਲੇਟਣ ਜੋਗੀ ਥਾਂ ਕਰਦਿਆਂ ਕਿਹਾ ਮੈਂ ਭੱਜਾ ਗਿਆ ਤੇ ਭੱਜਾ ਭੱਜਾ ਮੋੜ ਆਇਆ ਮੈਂ ਆਖਿਆ ਮੇਰਾ ਪੱਪੂ ਉਡੀਕਦਾ ਹੋਵੇਗਾ ਉਡੀਕਦਾ ਸੀ ਨਾ ਬਸ਼ਕੇ ਨੇ ਲਮਾ ਪੈ ਕੇ ਭਰਾ ਨੂੰ ਖਿੱਚ ਕੇ ਇੱਕ ਨਾਲ ਲਾ ਲਿਆ ਦੋਵੇਂ ਭਰਾ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਲੀਨ ਹੋ ਗਏ ਸੱਜਣ ਸਿੰਘ ਧੋਤੇ ਹੋਏ ਕੱਪੜੇ ਬਦਲ ਮੰਜੇ ਤੇ ਬਹਿ ਕੇ ਰੋਟੀ ਖਾਣ ਲੱਗ ਪਿਆ ਭਜਨ ਕੌਰ ਨੇ ਮਸਰਾ ਦੀ ਦਾਲ ਦੇ ਨਾਲ ਕद्दू ਦੀ ਸਬਜ਼ੀ ਵੀ ਬਣਾਈ ਹੋਈ ਸੀ ਨਾਲ ਉਹਨੇ ਇੱਕ ਕੌਲੀ ਵਿੱਚ ਸ਼ੱਕਰ ਘਿਓ ਮਿਲਾ ਕੇ ਰੱਖ ਦਿੱਤਾ ਦਾਲ ਸਬਜ਼ੀ ਜੋ ਹੈਗੀ ਸੀ ਸ਼ੱਕਰ ਦੀ ਕੀ ਲੋੜ ਸੀ ਸੱਜਣ ਸਿੰਘ ਨੇ ਐਵੇਂ ਰਸਮੀ ਤੌਰ ਤੇ ਕਿਹਾ ਸਾਰਾ ਦਿਨ ਕਟਾ ਪੈ ਪੈ ਕੇ ਹਿੱਕ ਤੇ ਜੰਮਦਾ ਰਹਿੰਦਾ ਮਿੱਠੇ ਨਾਲ ਉਹ ਜਰਾ ਠਾਹ ਹੋ ਜਾਂਦਾ ਭਜਨ ਕੌਰ ਨੂੰ ਆਪਣੇ ਸਾਥੀ ਦਾ ਕਿੰਨਾ ਖਿਆਲ ਰਹਿੰਦਾ ਸੀ ਜੈਨਾ ਆਪ ਖੇਚਲ ਕੀਤੀ ਹੋ ਆ ਬਹਿ ਜਾ ਸੱਜਾ ਸਿੰਘ ਨੇ ਆਈ ਜੈਨਾ ਦੇ ਸਵਾਗਤ ਵੱਜੂ ਬੈਠਣ ਦਾ ਇਸ਼ਾਰਾ ਕਰਕੇ ਕਿਹਾ ਰੋਟੀ ਤਾਂ ਬਸ ਕੇ ਦੇ ਹੱਥ ਘਾਲ ਦਿੰਦੀ ਪਰ ਐਸ ਬਹਾਨੇ ਦੋ ਚਾਰ ਗੱਲਾਂ ਕਰਨੀਆਂ ਹੀ ਆ ਅਮਾਨ ਨਾਲ ਦਿਲ ਭਰਿਆ ਪਿਆ ਰਹਿੰਦਾ ਕਹਿੰਦੀ ਹੋਈ ਜੈਨਾ ਸੱਜਾ ਸਿੰਘ ਦੀ ਪੈਨਦ ਵੱਲ ਬਹਿ ਗਈ ਤੇ ਉਹ ਨਹੀਂ ਆਇਆ ਮੈਂ ਤਾਂ ਜ਼ੋਰ ਲਾਇਆ ਸੀ ਪਰ ਉਹ ਐਵੇਂ ਥੱਕਿਆ ਹੋਇਆ ਕਰਕੇ ਰਿਤ ਗਿਆ ਏ ਚੰਗਾ ਕੀਤਾ ਸੁ ਨਹੀਂ ਆਇਆ ਉੱਥੇ ਤਾਂ ਉਹ ਜਾਣੇ ਚਾਰ ਘਰਾਈਆਂ ਖਾ ਲਵੇਗਾ ਤੇ ਘਰ ਆ ਕੇ ਉਹਨੂੰ ਐਵੀਂ ਨਸੀਬ ਨਹੀਂ ਸਾਂ ਹੋਣੀਆਂ ਜੈਨਾ ਦਿਨੋਂ ਪਤੀ ਦਾ ਸੁੱਖ ਲੋਚ ਰਹੀ ਸੀ ਤੇਰੀ ਵੱਡੀ ਪਰਜਾਈ ਨੇ ਲੋਹੇ ਵਾਲੀ ਤਾਈ ਹੋਈ ਆ ਅੱਖਾਂ ਮੈ ਨਹੀਂ ਲੱਗਦੀ ਤਾਂ ਤੂੰ ਲੋਡੇ ਵਲੇ 4 ਵਸਤੇ ਕਿਉਂ ਲੱਗਦੀ ਐ ਜਵਾਂਤੀ ਕੋਲੇ ਮੈਨੂੰ ਤਾਂ ਦੱਸਦਿਆਂ ਸ਼ਰਮ ਆਉਂਦੀ ਐ ਜਿਹੜੇ ਪਲੀਤੀਓ ਸਾਰਾ ਦਿਨ ਬੋਲਦੀ ਰਹੀ ਐ ਜੈਨਾ ਨੇ ਪਾਸੇ ਮੂੰਹ ਕਰਕੇ ਪੱਲੇ ਨਾਲ ਅੱਖਾਂ ਪੁੰਝ ਲਈਆਂ ਜੈਨਾ ਤੇਰੀ ਵਰਗੀ ਦਲੇਰ ਜਨਾਨੀ ਵੀ ਰੋਣ ਲੱਗ ਪਈ ਤਜਣੀ ਖਣੀ ਦਾ ਕੀ ਹਾਲ ਏ ਇੱਕ ਤਰ੍ਹਾਂ ਜੈਨਾ ਦੀ ਵਡਿਆਈ ਕਰਦੇ ਆ ਸੱਜਣ ਸਿੰਘ ਨੇ ਕਿਹਾ ਉਹਨਾਂ ਸਾਹਮਣੇ ਹੁਣ ਵੀ ਨਹੀਂ ਰੋਂਦੀ ਜੈਨਾ ਨੇ ਆਪਣੇ ਆਪ ਤੇ ਕਾਬੂ ਪਾਉਂਦਿਆਂ ਕਿਹਾ ਪਰ ਤੁਹਾਡੇ ਦੂਹਾਂ ਜੀਆਂ ਸਾਹਮਣੇ ਮਨ ਉਛਲ ਪੈਂਦਾ ਏ ਤੋ ਹੱਥੋਂ ਮੇਨਾ ਮੇਰਾ ਹੋਰ ਕੋਈ ਨਹੀਂ ਜੇ ਸੱਜਣ ਸਿਆ ਤੂੰ ਦਿਓ ਰੇ ਤਾਂ ਭਰਾ ਏ ਮੈਨੂੰ ਤੇਰਾ ਗੁਰੂਆਂ ਪੀਰਾਂ ਵਰਗਾ ਆਸਰਾ ਏ ਮੇਰੇ ਨਿੱਕਿਆ ਨਿੱਕਿਆ ਨਿਆਣਿਆਂ ਤੇ ਦਰਸ ਕਰ ਜਿਵੇਂ ਜਾਣਦਾ ਏ ਸਾਡੇ ਘਰ ਦਾ ਕਲੇਸ਼ ਮਟਾ ਨਹੀਂ ਤਾਂ ਮੈਂ ਕੁਛ ਖਾ ਕੇ ਮਰ ਜਾਣਾ ਏ ਉਹ ਛੱਡ ਸੌਰੀ ਕਮਲੀ ਨਾਵੇ ਮਰ ਜਾਣਾ ਏ ਐਨੇ ਕੁਛ ਖਾ ਕੇ ਕਿਹੜੇ ਘਰ ਵਿੱਚ ਲੜਾਈ ਝਗੜਾ ਨਹੀਂ ਹੁੰਦਾ ਚੁੰਕੇ ਦੇ ਭਾਂਡੇ ਵੀ ਇੱਕ ਵੇਲੇ ਆਪਸ ਵਿੱਚ ਠਹਿਕ ਪੈਂਦੇ ਨੇ ਹੌਸਲਾ ਰੱਖੀਦਾ ਏ ਸੱਜਣ ਸਿੰਘ ਆਪਣੇ ਵੱਲੋਂ ਟੀਰ ਜਿਨੇਦਿਆਂ ਕਿਹਾ ਸਾਡੇ ਘਰਵਾਲਾ ਲੜਾਈ ਝਗੜਾ ਅੱਲਾਹ ਕਰਕੇ ਕਿਸੇ ਕਰਨਾ ਹੋਵੇ ਕਸਮ ਲੈ ਲਾ ਜੇ ਮੈਂ ਕੱਲ ਰਾਤ ਦਾ ਮੂੰਹ ਝੁਠਾਇਆ ਹੋਵੇ ਤਾਂ ਆ ਵੀ ਸਿਰਫ ਉਸ ਦੇ ਵਾਸਤੇ ਦੋ ਮੰਨੀਆਂ ਥੱਪ ਕੇ ਲਿਆਈਓ ਨਹੀਂ ਤਾਂ ਟੱਬਰ ਦੇ ਹੋਰ ਕਿਸੇ ਜੀ ਨਾ ਪੱਕੀਆਂ ਹੀ ਨਾ ਖਾਦੀਆਂ ਉਹ ਆ ਜਾਂਦਾ ਤਾਂ ਖਬਰ ਨਹੀਂ ਅੱਜ ਸਾਡੇ ਘਰ ਕੀ ਚੰਦ ਚੜਨਾ ਸੀ ਵੱਡੀ ਇੱਕੋ ਜਿਹੀ ਜਦ ਫੜੀ ਬੈਠੀ ਏ ਅਖੇ ਇਹਨੂੰ ਘਰੋਂ ਕਢਾ ਕੇ ਰੋਟੀ ਖਾਣੀ ਏ ਵਿਚਾਰੀ ਡਾਡੀ ਓਖੀ ਏ ਭਜਨ ਕੌਰ ਨੇ ਜੈਨਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਰੋਟੀ ਹੋਰ ਫੜਾਵਾਂ ਨਹੀਂ ਸੱਜਣ ਸਿੰਘ ਜਸ਼ਨ ਨੇ ਮੱਡ ਦੇ ਪਾਣੀ ਨਾਲ ਹੱਥ ਧੋਦਿਆਂ ਕਿਹਾ ਬਸ ਭਜਨ ਕੌਰ ਨੇ ਪਤੀ ਦੇ ਰੋਟੀ ਖਾਣ ਉਤੇ ਹੈਰਾਨੀ ਜ਼ਾਹਰ ਕਰਤੀ ਖਾਦਾ ਕੀ ਜੇ ਓਹੋ ਮੈਂ ਤਾਂ ਆਕੇ ਤੇਰੀ ਰੋਟੀ ਵੀ ਹਰਾਮ ਕਰ ਦਿੱਤੀ। ਅੱਲਾ ਮੈਨੂੰ ਕਿਵੇਂ ਬਖਸ਼ੇਗਾ? ਜੈਨਾ ਨੇ ਪੁਸ਼ਤਾਵੇ ਵਿੱਚ ਸਿਰ ਫੇਰਦਿਆਂ ਕਿਹਾ, ਮੇਰਾ ਖਿਆਲ ਸੀ ਤੂੰ ਰੋਟੀ ਖਾ ਬੈਠਾ ਹੋਵੇਂਗਾ। ਅੱਛਾ, ਅੱਲਾ ਨਾ ਬਖਸ਼ੇਗਾ ਤਾਂ ਮੈਂ ਬਖਸ਼ ਦਿਆਂਗਾ। ਜਾਂ ਤੂੰ ਘਰ ਜਾ ਕੇ ਆਰਾਮ ਕਰ। ਕੋਈ ਜਮਿਆ ਏ ਤੈਨੂੰ ਘਰੋਂ ਕੱਢਣ ਵਾਲਾ? ਤੂੰ ਈ ਆ ਪੁੱਤਰਾ ਦੀ ਮਾਂ। ਕਿਹੜਾ ਤੈਨੂੰ ਘਰੋਂ ਕੱਢ ਦਿਉ? ਮੈਂ ਵੇਖਾਂ ਬੈਠਾ। ਸੱਜਣ ਸਿੰਘ ਨੇ ਆਈ ਜੈਨਾ ਦਾ ਹਮਾਂ ਰੱਖਣ ਵਾਸਤੇ ਉਹਨੂੰ ਪੂਰਾ ਭਰੋਸਾ ਦਵਾਇਆ। ਕੁਦਾ ਤੂਰੇ ਹੁਣ ਤੇਰਾ ਹੀ ਆਸਰਾ ਹੀ ਮੈਨੂੰ ਤੁਹਾਡੇ ਗੁਰੂ ਨੇ ਬਾਹ ਫੜੀ ਦੀ ਲਾਜ ਪਿਛੇ ਦਿੱਲੀ ਵਿੱਚ ਸਿਰ ਦੇ ਦਿੱਤਾ ਸੀ ਹੁਣ ਮੇਰੀ ਲਾਜ ਤੇਰੇ ਹੱਥੀ ਮੈਨੂੰ ਭਜਨ ਕੌਰ ਦੀ ਭੈਣ ਸਮਝ ਕੇ ਮਦਦ ਕਰਨੀ ਹੋਊਗੀ ਮੰਜੇ ਉੱਤ ਰੋਟੀਆਂ ਰੱਖ ਜੈਨਾ ਉੱਠ ਬੈਠੀ ਕੋਈ ਨਹੀਂ ਘਬਰਾਣਾ ਬੇਬੇ ਸਾਨੂੰ ਭਾਵੇਂ ਇੱਥੇ ਆਪਣੀ ਹਵੇਲੀ ਚੋਂ ਕੋਠਾ ਪਾ ਕੇ ਨਾ ਦੇਣਾ ਪਵੇ ਅਸੀਂ ਤੈਨੂੰ ਤੇ ਤੇਰੇ ਬਾਲਾਂ ਨੂੰ ਨਹੀਂ ਰੋਲਣ ਦਿੰਦੇ ਕੋਲੋਂ ਭਜਨ ਕਰਨੇ ਵੀ ਹੌਸਲਾ ਦੇ ਦਿਆ ਕਿਹਾ ਦੇਲ ਵਿੱਚ ਦੋਆਂ ਜੀਆਂ ਨੂੰ ਅਸੀਸਾਂ ਦੇਂਦੀ ਜੈਨਾ ਘਰੋਂ ਮੁੜ ਪਈ। ਪਿੱਛੋਂ 5-7 ਮਿੰਟ ਭਜਨ ਕੋਰ ਤੇ ਸੱਜਣ ਸਿੰਘ ਜੈਨਾ ਦੇ ਘਰ ਦੀਆਂ ਗੱਲਾਂ ਕਰਦੇ ਰਹੇ। ਵਧੇਰੇ ਦੋਸ਼ ਉਹਨਾਂ ਨੂੰ ਫਤੇ ਬੀਬੀ ਦਾ ਯਾਦਦਾ ਸੀ। ਇੱਕ ਤਾਂ ਮੂੰਹ ਦੀ ਬੜਬੋਲੀ ਸੀ ਤੇ ਦੂਜਾ ਪੇਕਿਆਂ ਦਾ ਮਾਣ ਕਰਿਆ ਕਰਦੀ ਸੀ। ਚੱਲਾਂ ਫਿਰ ਵਿਚਾਰਾ ਗਊ ਦਾ ਜਾਇਆ ਰੋਟੀ ਅਢੀਕਦਾ ਹੋਵੇਗਾ। ਕਹਿੰਦਾ ਹੋਇਆ ਸੱਜਣ ਸਿੰਘ ਮੰਜੇ ਤੋਂ ਉੱਠ ਬੈਠਾ। ਹੂੰ ਗਊ ਦਾ ਜਾਇਆ। ਭਜਨ ਕੋ ਨੇ ਵਿਅੰਗ ਨਾਲ ਕਿਹਾ ਨਿਰਾਲਾਈ ਲੱਗ। ਅਕੇਲਾ ਹੀ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਡਾ ਨਾ ਹੋਵੇ ਇੱਕ ਦੀਆਂ ਸੁਣ ਕੇ ਪੱਲੇ ਬੰਨ ਲੈਣੀਆਂ ਤੇ ਸੱਚ ਝੂਠ ਨਾ ਨਤਾਰਨਾ ਭਜਨ ਕਣ ਵਦੇਰੇ ਕਸੂਰ ਇਲਮਦੀਨ ਦਾ ਸਮਝਦੀ ਸੀ ਇਲਮਦੀਨ ਦੀ ਰੋਟੀ ਫੜ ਸੱਜਣ ਸਿੰਘ ਖੇਤ ਨੂੰ ਤੁਰ ਪਿਆ ਸੱਜੇ ਹੱਥੋਂ ਨੇ ਸਮਾਂ ਵਾਲੀ ਡਾਂਗ ਸੰਭਾਲ ਲਈ ਦੀਪੋ ਜੰਦਰਾ ਫੜਾਈ ਮਾਰ ਆਵਾ ਬਾਹਰਲੇ ਬੁਹੇ ਨੂੰ ਜੰਦਰਾ ਮਾਰਨ ਦੇ ਪੱਜ ਉਹ ਪਤੀ ਦੇ ਨਾਲ ਨਾਲ ਤੁਰ ਪਈ ਉਹ ਬੁਹੇ ਵਿੱਚ ਖਲੋ ਕੇ ਰਸਮੀ ਤੌਰ ਤੇ ਜਾਂਦੀ ਉਹ ਹਿਆਣੀ ਨੂੰ ਟਾਟਾ ਕਰਨਾਂ ਨਹੀਂ ਸੀ ਜਾਣਦੀ ਪਰ ਜਾਂਦੇ ਪਤੀ ਦੀ ਕੰਢ ਵੇਖ ਕੇ ਜੀ ਵਿੱਚ ਸੁੱਖ ਜ਼ਰੂਰ ਮੰਗਣਾ ਚਾਹੁੰਦੀ ਸੀ ਸੱਜਣ ਸਿੰਘ ਅੱਖਾਂ ਤੋਰੀ ਹੋ ਗਿਆ ਤੇ ਭਜਨ ਘਰ ਬੁਹੇ ਨੂੰ ਜੰਦਰਾ ਮਾਰ ਕੇ ਪਰਤਾਈ ਕਿਹੜਾ ਸੱਜਣ ਸੋਏ ਧਰਮ ਸਿੰਘ ਨੇ ਜਾਣ ਵਾਲੀ ਦੀ ਤੌਰ ਪਛਾਣ ਕੇ ਪੁੱਛਿਆ ਸੁਣਾ ਛੜਿਆ ਐਸੇ ਵੇਲੇ ਬੁਹੇ ਚੁਖ ਲੋ ਕੇ ਕੀ ਦੀਆਂ ਉਡੀਕਾਂ ਹੋ ਰਹੀਆਂ ਨੇ ਸੱਜਣ ਸਿੰਘ ਨੇ ਅੱਗੋਂ ਖੱਠੇ ਨਾਲ ਉਹਦੇ ਤੇ ਸਵਾਲ ਕੀਤਾ ਓ ਭਰਾਵਾ ਤੇਰੇ ਬਿਨਾ ਸਾ ਹੋਰ ਕੇ ਦੀਆਂ ਉਡੀਕਾਂ ਕਰਨੀਆਂ ਨੇ ਅੱਖੇ ਵਾਰੇ ਸ਼ਾਹਜਹਾਨ ਤੇ ਜੇਹੇ ਆਏ ਅਸੀਂ ਤਿਹੇ ਜਹਾਨ ਤੋਂ ਚਲੜੇ ਵੇ ਧਰਮ ਸਿੰਘ ਨੇ ਮਾਜੂਸ ਜੀ ਸੁਰ ਵਿੱਚ ਕਿਹਾ ਇਹ ਜਾਣੇ ਬਿਨਾ ਕਿ ਕਿਸ ਕਵੀ ਦੀ ਪੰਕਤੀ ਏ ਵਾਰਿਸ ਸ਼ਾਹ ਦੇ ਨਾਲ ਨਾ ਜੋੜ ਕੇ ਉਹਨੇ ਆਪਣੀ ਦਿਲ ਦੀ ਗੱਲ ਕਹਿ ਦਿੱਤੀ ਓਏ ਰੱਬ ਦੇ ਘਰੋਂ ਨਰਾਸ਼ ਨਹੀਂ ਹੋਈਦਾ ਹੁੰਦਾ ਉਹ ਜਦੋਂ ਦੇਣ ਤੇ ਆਵੇ ਨਾ ਛੱਤ ਪਾੜ ਕੇ ਦੇ ਦਿਆ ਕਰਦਾ ਏ ਸੱਜਣ ਸਿੰਘ ਨੇ ਉਹਦਾ ਦਿਲ ਰੱਖਣ ਵਾਸਤੇ ਕਿਹਾ ਖੁਸ਼ ਹੋ ਰੋ ਭਰਾਵਾ ਤੇਰੇ ਬੱਚੇ ਜੂਣ ਉਹ ਜਾਣੇ ਸਾਡੇ ਹੱਕ ਵਿੱਚ ਤੂੰ ਸੁੱਖ ਤਾਂ ਮੰਗੀ ਏ ਲੈ ਫੜ ਤੂੰ ਕੀ ਯਾਦ ਰੱਖੇਗਾ ਧਰਮ ਸਿੰਘ ਨੇ ਚਾਦਰ ਦੇ ਡੱਬ ਵਿੱਚੋਂ ਕੋਈ ਚੀਜ਼ ਘਟ ਕੇ ਸੱਜਣ ਸਿੰਘ ਨੂੰ ਫੜਾ ਦਿੱਤੀ ਸੱਜਣ ਸਿੰਘ ਦਾ ਮਨ ਖੜ ਗਿਆ ਚਾਦਰ ਵਿੱਚ ਬਲੇਟਕੀ ਹੁੰਨੇ ਉਹ ਚੀਜ਼ ਮੋਢੇ ਪਿੱਛੇ ਸੋਟ ਲਈ ਤੇ ਅੱਖਾਂ ਹੀ ਅੱਖਾਂ ਵਿੱਚ ਧਰਮ ਸਿੰਘ ਦਾ ਧੰਨਵਾਦ ਕਰਦਾ ਕੀਤ ਨੂੰ ਤੁਰ ਪਿਆ ਧਰਮ ਸਿੰਘ ਨੂੰ ਲੋਕ ਜਮਾਂਦਰੂ ਛੜਾ ਕੇ ਆ ਘਰਦੇ ਸਨ ਇੱਕ ਲੇਖੇ ਉਸ ਸੌ ਸਮਾਜ ਵਿੱਚੋਂ ਛੇਕਿਆ ਹੋਇਆ ਸੀ ਉਦੇ ਪਿਓ ਨੂੰ ਸਿਰਫ 5 ਬਿਗੇ ਜ਼ਮੀਨ ਆਉਂਦੀ ਸੀ 35 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਹਦਾ ਵਿਆਹ ਨਹੀਂ ਸੀ ਹੋ ਸਕਿਆ ਐਨੀ ਥੋੜੀ ਜ਼ਮੀਨ ਵਾਲੇ ਜੱਟ ਨੂੰ ਕੌਣ ਰਿਸ਼ਤਾ ਕਰਦਾ ਅੰਤੋਂ ਨੇ ਆਪ ਹੀ ਹਿੰਮਤ ਕੀਤੀ ਵਿਹਾਂ ਵਰਿਆਂ ਦੀ ਕਮਾਈ ਦਾ ਜਮਾ ਕੀਤਾ ਹੋਇਆ 700 ਰੁਪਏ ਦੇ ਕੇ ਉਹਨੇ ਇੱਕ ਵਿਹਾਂ ਵਰਿਆਂ ਦੀ ਕਾਲੀ ਜੀ ਕੋ ਦੇਸਣ ਲੈ ਆਂਦੀ ਕੋਈ ਉਸ ਨੂੰ ਕਾਲੀ ਮਿੱਟੀ ਦੀ ਦੱਸਦਾ ਕੋਈ ਗਵਾਲੀਅਰ ਦੀ ਤੇ ਕੋਈ ਕਾਸ਼ੀ ਦੀ ਹਰ ਹਾਲ ਔਰੰਗਰੂਪ ਤੇ ਬੋਲਨੀ ਤੋਂ ਪੰਜਾਬਣ ਨਹੀਂ ਸੀ ਮੰਨੀ ਜਾ ਸਕਦੀ ਉਹ 8 ਵਰੇ ਧਰਮ ਸਿੰਘ ਦੇ ਪਿਓ ਕਾਲਾ ਸਿੰਘ ਦੇ ਘਰ ਵਸੀ ਤੇ ਅੰਤ ਪੰਜਾਂ ਵਰਿਆਂ ਦੇ ਧਰਮ ਸਿੰਘ ਛੱਡ ਕੇ ਹੈਸੀ ਦੀ ਬਿਮਾਰੀ ਨਾਲ ਮਰ ਗਈ 15 ਵਰਿਆਂ ਦੇ ਧਰਮ ਸਿੰਘ ਨੂੰ ਛੱਡ ਕੇ ਉਹਦਾ ਪਿਓ ਵੀ ਅਗਲੇ ਜਹਾਨ ਤੁਰ ਗਿਆ ਪਿਓ ਦੀ ਪੰਜਵੇਂਗੇ ਜ਼ਮੀਨ ਉੱਤੇ ਧਰਮ ਸਿੰਘ ਗੁਜ਼ਾਰਾ ਕਰਦਾ ਆ ਰਿਹਾ ਸੀ ਉਹਦੀ ਉਮਰ ਵੀ ਕੋਈ 30 32 ਸਾਲ ਦੀ ਹੋ ਚੁੱਕੀ ਸੀ ਪਰ ਇੰਨੀ ਜਾਇਦਾਦ ਦੇ ਸਿਰ ਤੇ ਕਾਲਾ ਸਿੰਘ ਦਾ ਵਿਆਹ ਨਹੀਂ ਸੀ ਹੋ ਸਕਿਆ ਧਰਮ ਸਿੰਘ ਦਾ ਕਿਵੇਂ ਹੋ ਜਾਂਦਾ ਜਦੋਂ ਉਹਦੇ ਵਿੱਚ ਇੱਕ ਬਹੁਤ ਵੱਡੀ ਸਮਾਜਿਕ ਕੱਜ ਦਾ ਵਾਦਾ ਸੀ ਹਾਂ ਜਾਇਦਾਦ ਵਧੈਰੀ ਹੁੰਦੀ ਤਾਂ ਸਾਰੀਆਂ ਕੱਜਾਂ ਟਕੀਆਂ ਜਾਂਦੀਆਂ سرمਾਈਦਾਰ ਸਮਾਜ ਵਿੱਚ ਜਾਇਦਾਦ ਸਭ ਤੋਂ ਪਹਿਲਾਂ ਵੇਖੀ ਜਾਂਦੀ ਹੈ ਰਾਤ ਦਾ ਹਨੇਰਾ ਵਾਵਾ ਪਸਰਿਆ ਹੋਇਆ ਸੀ ਧਰਮ ਸਿੰਘ ਛੜਾ ਬੂਹੇ ਵਿੱਚ ਖੜਾ ਕਿਸੇ ਦੀ ਉਡੀਕ ਕਰ ਰਿਹਾ ਸੀ ਤੇ ਉਡੀਕ ਕਰ ਰਿਹਾ ਸੀ ਉਹ ਅਧ ਭੁਖੇ ਪਿੰਜਰ ਦੀ ਜਿਸ ਨੂੰ ਸਿਰਫ ਕਹਿਣ ਨੂੰ ਇਸ ਤਰੀਕੇ ਹਾਂ ਜਾ ਸਕਦਾ ਸੀ ਨਹੀਂ ਤਾਂ ਇਸਤਰੀ ਵਾਲਾ ਕੋਈ ਰਸ ਵੀ ਉਹਦੇ ਵਿੱਚ ਨਹੀਂ ਰਿਹਾ ਸੀ ਸਾਰੇ ਪਿੰਡ ਵਿੱਚੋਂ ਉਹਦਾ ਕੋਈ ਹੋਰ ਚਾਹਵਾਨ ਨਹੀਂ ਸੀ ਪਰ ਧਰਮ ਸਿੰਘ ਵਾਸਤੇ ਉਸ ਵੇਲੇ ਉਹ ਵੀ ਇੰਦਰ ਖਾੜੇ ਦੀ ਅਪਸ਼ਰਾ ਸੀ ਹਰ ਹਾਲ ਉਹ ਕਦੇ ਜਰੂਰ ਇਸਤਰੀ ਹੁੰਦੀ ਸੀ ਹੌਲੀ-ਹੌਲੀ ਗੁਣਗਣਾਉਂਦਾ ਸੱਜਣ ਸਿੰਘ ਖੇਤ ਪੁੱਜ ਗਿਆ ਧਰਮ ਸਿੰਘ ਦੀ ਦਿੱਤੀ ਪੇਟ ਦੀ ਉਹ ਸਰੀਰ ਵਿੱਚ ਕਾਫੀ ਗਰਮੀ ਮਹਿਸੂਸ ਕਰ ਰਿਹਾ ਸੀ ਇਲਮਦੀਨਾ ਉਹ ਇਲਮਦੀਨਾ ਪਹਿਲੀ ਵਾਰ ਨਾਲ ਉਹ ਸੱਜਣ ਸਿੰਘ ਨੇ ਜਰਾ ਉੱਚੀ ਆਵਾਜ਼ ਵਿੱਚ ਪੁਕਾਰਿਆ ਹੋ ਇਲਮਦੀਨ ਨੇ ਅੱਬੜ ਵਾਇ ਵਾਜ ਦਿੱਤੀ ਉਠ ਰੋਟੀ ਖਾ ਨਾ ਆਇਆ ਵਾ ਹਾ ਹੋ ਇਲਮਦੀਨ ਉੱਠ ਕੇ ਬਹਿ ਗਿਆ ਖੂ ਤੇ ਗਿਆ ਸੈਂ ਸੱਜਣ ਸਿੰਘ ਦੇ ਪੇੜ ਤੋਂ ਇੱਕ ਪ੍ਰਲਾਂਗ ਦੀ ਵੇਤੇ ਖੇਤਾਂ ਵਿੱਚ ਮੱਖਣ ਸਿੰਘ ਦਾ ਖੂ ਸੀ ਉਹਨਾਂ ਲਾਇਆ ਭਾਵੇਂ ਖੇਤੀ ਵਾਸਤੇ ਸੀ ਪਰ ਪਾਣੀ ਖਾਰਾ ਹੋਣ ਕਰਕੇ ਜ਼ਮੀਨ ਨੇ ਉਹਨੂੰ ਮੰਨਿਆ ਨਹੀਂ ਸੀ ਖਾਰੇ ਮਾਝੇ ਵਿੱਚ ਸਿਰਫ ਰੋਹੀ ਦੇ ਕੰਡੇ ਉੱਤੇ ਹੀ ਖੂਹ ਦਾ ਪਾਣੀ ਕੁਛ ਮਿੱਠਾ ਸੀ ਜੋ ਫਸਲਾਂ ਦੇ ਕੰਮ ਆ ਸਕਦਾ ਸੀ ਇਤੋਂ ਖਾਲ ਤੋਂ ਹੀ ਮਾੜ ਮੋਟ ਕਰ ਲਿਆ ਏ ਖੂ ਤੱਕ ਜਾਣ ਦੀ ਕਿਹਦੀ ਵਾ ਸੀ ਲੈ ਖਾ ਰੋਟੀ ਸੱਜਣ ਸਿੰਘ ਦੇ ਰੰਗਦਾਰ ਖਦਰ ਦੇ ਪੌਣੇ ਵਿੱਚ ਬੱਜੀਆਂ ਰੋਟੀਆਂ ਇਲਮਦੀਨ ਦੇ ਸਾਹਮਣੇ ਰੱਖ ਦਿੱਤੀਆਂ ਰੋਟੀ ਨੂੰ ਤਾਂ ਸੱਜਣ ਸਿਆ ਵੱਡਿਆ ਰੋ ਨਹੀਂ ਕਰਦਾ ਐਵੇਂ ਖੇਚਲ ਕੀਤੀ ਉਹ ਇਲਮਦੀਨ ਪਿੱਛੋਂ ਚੋਖਾ ਚਿਰ ਕਰਦੇ ਕਲੇਸ਼ ਬਾਰੇ ਸੋਚਦਾ ਰਿਹਾ ਸੀ ਐਸੇ ਵਾਸਤੇ ਉਹਦੀ ਰੋਟੀ ਵੀ ਭੁੱਖ ਮਾਰ ਗਈ ਸੀ ਓਏ ਖਾ ਓਏ ਚਾਰ ਗਰਾਈਆਂ ਫਿਰ ਤੇਰਾ ਜੀ ਕਰਾਰਾ ਕਰਦੇ ਆ ਵੇਖ ਪੰਜਾਂ ਮਿੰਟਾਂ ਵਿੱਚ ਸਾਰੇ ਗਮ ਦੂਰ ਕਰਦੇਾਂਗੇ ਸੱਜਣ ਸਿੰਘ ਨੇ ਦੇਸੀ ਸ਼ਰਾਬ ਦਾਦੀ ਉਹਦੇ ਸਾਹਮਣੇ ਛਲਕਾਉਂਦਿਆਂ ਕਿਹਾ ਐ ਕਿੱਥੋਂ ਮਾਠ ਲਿਆਂਦੀਓ ਵੇਖ ਕੇ ਇਲਮਦੀਨ ਦਾ ਵੀ ਜੀ ਲਲਚ ਆਇਆ ਸੀ ਰੱਬ ਦਾਤਾ ਏ ਕੋਈ ਚੇਲਾ ਬਾਲਕਾ ਮਿਲ ਗਿਆ ਮੁਫਤ ਮਿਲੀ ਸ਼ਰਾਬ ਨੂੰ ਸੱਜਣ ਸਿੰਘ ਰੱਬ ਦੀ ਦਾਤ ਸਮਝ ਰਿਹਾ ਸੀ ਇਲਮਦੀਨ ਪੋਣੇ ਚੋਂ ਖੋਲ ਕੇ ਰੋਟੀ ਖਾਣ ਲੱਗ ਪਿਆ ਨਾਲ ਚਿੱਟੀਆਂ ਛੋਲਿਆਂ ਦੀ ਸੁੱਕੀ ਸਬਜ਼ੀ ਸੀ ਐਨੇ ਚਰ ਨੂੰ ਸੱਜਣ ਸਿੰਘ ਅੰਬਤਲਿਓਂ ਪਾਣੀ ਦਾ ਘੜਾ ਚੋਕੇ ਫੇੜ ਵਿੱਚ ਲੈ ਆਇਆ ਦੋ ਤਿੰਨ ਵਾਰ ਪਾਣੀ ਫੇਰ ਕੇ ਉਹਨੇ ਸਿਲਵਰ ਦੀ ਕੋਲੀ ਠੰਡੀ ਕੀਤੀ ਫਿਰ ਅੱਧੇ ਕੁ ਸ਼ਟਾਂਕ ਸ਼ਰਾਬ ਤੇ ਅੱਧਾ ਕੁ ਪਾਣੀ ਪਾ ਕੇ ਉਹ ਕਸੀਸ ਵਟ ਕੇ ਇੱਕੋ ਸਾਂ ਪੀ ਗਿਆ ਭਈ ਹੈਗੀ ਤਾਂ ਵਾਵਾ ਤੇਜ ਹੀ ਲੈ ਵੇਖ ਸਵਾਦ ਦੋ ਵਾਰ ਕੋਲੀ ਤੋਕੇ ਉਹਨੇ ਉਹਨਾਂ ਕੋਹਾੜਾ ਪਾ ਕੇ ਇਲਮਦੀਨ ਵੱਲੇ ਵਧਾ ਦਿੱਤਾ ਓਏ ਮੌਲਵੀ ਨੂੰ ਪੁੱਛਣਾ ਸੀ ਹਰਾਮ ਤਾਂ ਨਹੀਂ ਹੁੰਦੀ ਇਲਮਦੀਨ ਇੱਕ ਲਿਖੇ ਮੌਲਵੀ ਦੇ ਉਪਦੇਸ਼ ਦਾ ਮਜ਼ਾਕ ਰਣਾਉਂਦਿਆ ਕਿਹਾ ਪੁੱਛਣ ਜਾਂਦਾ ਤਾ ਮੌਲਵੀ ਕੋਲੋਂ ਬਚ ਗਿਆ ਇਹ ਚੀਜ਼ ਕਿਵੇਂ ਆਉਂਦੀ ਮੁਖਤ ਦੀ ਹਰਾਮ ਨਹੀਂ ਹੁੰਦੀ ਹਾਂ ਇਹ ਲ ਮਦੀਨੇ ਦੋ ਕੁ ਛਟਾਂਕਾ ਕੋੜਾ ਪਾਣੀ ਅੰਦਰ ਲਗਾਉਂਦਿਆ ਕਿਹਾ ਰੱਖ ਲਿਆ ਈ ਸੱਜਣ ਸਿਆ ਨਹੀਂ ਤਾਂ ਅੱਜ ਗਮ ਨਾਲ ਹੀ ਮਰ ਜਾਣਾ ਸੀ ਓਏ ਐ ਰੂੜੀ ਬਰਾੜ ਗਮ ਨਹੀਂ ਲਾਗੇ ਫਟਕੰਦਿਆਂ ਦੀ ਬਸ ਇੱਕ ਹਾੜਾ ਹੋਰ ਲੈਣ ਦੀ ਟੇਲਾ ਸੱਜਣ ਸੇ ਨੇ ਇੱਕ ਵਾਰ ਫੇਰ ਅਧੀਆਂ ਛਲਕਾ ਕੇ ਵੇਖਿਆ ਇੱਕ ਦੋ ਹਾੜੇ ਤਾਂ ਉਹ ਦੂਸਰੇ ਦੀ ਝੂਠੀ ਕੋਲੀ ਧੋਗ ਲੈਂਦੇ ਰਹੇ ਪਰ ਪੂਰੀ ਤਾਰ ਆ ਜਾਣ ਪਿੱਛੋਂ ਸੋਚ ਜੂਠ ਦਾ ਭਰਮ ਅਸਲੋਂ ਮਿਟ ਗਿਆ ਸੱਜਣ ਸਿੰਘ ਦੀ ਵਧੀ ਇਲਮਦੀਨ ਤੇ ਇਲਮਦੀਨ ਦੀ ਵਧੀ ਸੱਜਣ ਸਿੰਘ ਬੜੇ ਸੁਆਦ ਨਾਲ ਬੁੱਲਾਂ ਤੇ ਜੀਬ ਫੇਰ ਫੇਰ ਪਿੰਦਾ ਰਿਆ ਜੈਨਾ ਆਈ ਸੀ ਰੋਟੀ ਫੜਾਉਣ ਉਹ ਬੜੀ ਰੋਂਦੀ ਸੀ ਕਰਦੀਆਂ ਗੱਲਾਂ ਕਰਕੇ ਗੋਲੀ ਮਾਰੋਏ ਕਰਦੀਆਂ ਗੱਲਾਂ ਨੂੰ ਕੋਈ ਹੋਰ ਕੋਟ ਹੈਗੀ ਹੂੰ ਤਫੜਾ ਅੱਧੀ ਰਾਤ ਤੱਕ ਉਹ ਥੋੜੀ ਥੋੜੀ ਕਰਕੇ ਉਹ ਡੇਢ ਪਾ ਪਿੰਦੇ ਰਹੇ ਪਿੰਦੇ ਰਹੇ ਤੇ ਗੱਲਾਂ ਕਰਦੇ ਰਹੇ ਬੰਦਿਆਂ ਵਰਗੀਆਂ ਨਹੀਂ ਸ਼ਰਾਬੀਆਂ ਵਰਗੀਆਂ ਗੱਲਾਂ ਤੇ ਉਹ ਗੱਲਾਂ ਕਰ ਰਹੇ ਸਨ ਸੱਜਣ ਤੇ ਇਲਮਾ ਸਰਦਾਰ ਸੱਜਣ ਸਿੰਘ ਜਾਂ ਚੌਧਰੀ ਇਲਮਦਿਨ ਉੱਥੇ ਕੋਈ ਨਹੀਂ ਸੀ ਰਿਆ ਫਿਰ ਮਿਲਦੇ ਆ ਜੀ ਐਸ ਨਾਵਲ ਤੂਤਾਂ ਵਾਲੇ ਖੂਹ ਦੇ ਅਗਲੇ ਭਾਗ ਵਿੱਚ ਤਦ ਤੱਕ ਲਈ ਰੱਬ ਰਾਖਾ